ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਇਆ ਜਾਵੇ। ਖਹਿਰਾ, ਪੰਜਾਬ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਵਿਖੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਇਆ ਜਾਵੇ, ਕਿਉਂਕਿ ਦਲਿਤਾਂ ਨਾਲ ਹਮੇਸ਼ਾ ਦੇਸ਼ ਵਿੱਚ ਧੱਕਾ ਹੁੰਦਾ ਆਇਆ ਹੈ ਤੇ ਉਹਨਾਂ ਨੂੰ ਦਬਾ ਕੇ ਰੱਖਿਆ ਗਿਆ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਅੱਜ ਪੰਜਾਬ ਦੀਆਂ ਪਾਰਟੀਆਂ ਦਾ, ਕਿਰਪਾ ਕਰਕੇ ਨੋਟ ਕਰ ਲੈਣਾ ਗੱਲ ਸਾਡੀ, ਪੰਜਾਬ ਦੀਆਂ ਜਿਹੜੀਆਂ ਸਾਡੀਆਂ ਖੇਤਰੀ ਰੀਜਨਲ ਪਾਰਟੀਆਂ ਨੇ, ਇੱਥੇ ਸਾਡਾ ਇਹ ਪੁਰਜ਼ੋਰ ਕੋਸ਼ਿਸ਼ ਹੋਵੇਗੀ ਕਿ ਆਗਾਮੀ 2019 ਤੋਂ ਇਸ ਦੇਸ਼ ਦੇ ਵਿੱਚ ਇੱਕ ਦਲਿਤ ਪ੍ਰਾਈਮ ਮਿਨਿਸਟਰ ਭੈਣ ਮਾਇਆਵਤੀ ਜੀ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਥਾਪਿਆ ਜਾਵੇ, ਕਿਉਂਕਿ ਗਰੀਬਾਂ ਨੂੰ, ਪਛੜੇ ਹੋਇਆਂ ਨੂੰ ਔਰ ਦਲਿਤ ਵਰਗ ਨੂੰ, ਖਾਸ ਤੌਰ 'ਤੇ ਔਰਤਾਂ ਨੂੰ ਇਸ ਦੇਸ਼ ਵਿੱਚ ਹਮੇਸ਼ਾ ਦਰੜਿਆ ਗਿਆ ਵਾ, ਉਹਨਾਂ ਨੂੰ ਦਬਾਇਆ ਗਿਆ ਵਾ, ਉਹਨਾਂ ਦੇ ਨਾਲ ਵਿਤਕਰਾ ਹੋਇਆ ਵਾ। ਇਹ ਦਹਾਕਿਆਂ ਤੋਂ, ਸਦੀਆਂ ਤੋਂ ਜਿਹੜੀ ਆਵਾਜ਼ ਦਬਾਈ ਜਾ ਰਹੀ ਸੀਗੀ ਪੰਜਾਬ ਦੇ ਵਿੱਚ, ਅਸੀਂ ਆਪਣੀਆਂ ਪਾਰਟੀਆਂ ਜਿਹੜੀਆਂ ਸਾਡੀਆਂ ਲੋਕਲ ਪਾਰਟੀਜ਼ ਨੇ, ਜਿਹਦੇ ਵਿੱਚ ਲੋਕ ਇਨਸਾਫ ਪਾਰਟੀ, ਜਿਹਦੇ ਵਿੱਚ ਸਾਡੀ ਆਪਣੀ ਪੰਜਾਬ ਏਕਤਾ ਪਾਰਟੀ, ਅਸੀਂ ਸਾਰੇ ਚਾਹੁੰਦੇ ਹਾਂ ਕਿ ਇਸ ਦੇਸ਼ ਦੇ ਵਿੱਚ ਮੋਦੀ ਦੇ ਮੁਕਾਬਲੇ ਜਾਂ ਕਾਂਗਰਸ ਦੇ ਗੱਠਜੋੜ ਦੇ ਮੁਕਾਬਲੇ 'ਤੇ ਭੈਣ ਮਾਇਆਵਤੀ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ। ਇਹ ਪੁਰਜ਼ੋਰ ਕੋਸ਼ਿਸ਼ ਸਾਡੀ ਇਸ ਕੈਂਪੇਨ ਦੇ ਵਿੱਚ ਹੋਵੇਗੀ ਤਾਂ ਕਿ ਬਣਦਾ ਅਧਿਕਾਰ ਸਾਡੇ ਇਸ ਦੇਸ਼ ਦੇ ਪਛੜਿਆਂ ਨੂੰ, ਗਰੀਬਾਂ ਨੂੰ, ਦਲਿਤਾਂ ਨੂੰ ਇਹ ਅਧਿਕਾਰ ਮਿਲ ਸਕੇ। ਸਭ ਤੋਂ ਦੇਸ਼ ਦਾ ਵੱਡਾ ਤਾਜ ਸਾਡੇ ਸਤਿਕਾਰਯੋਗ ਭੈਣ ਮਾਇਆਵਤੀ ਜੀ ਦੇ ਉੱਤੇ ਰੱਖਣ ਦਾ ਵੀ ਅਸੀਂ ਅੱਜ ਇਹ ਪ੍ਰਣ ਲੈਂਦੇ ਹਾਂ।